ਸਤਿ ਸ਼੍ਰੀ ਅਕਾਲ ਵੀਰੇ, ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜੱਟਾਂ ਐਂਡ ਟਰੈਕਟਰ ਚੈਨਲ ਵਿੱਚ। ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜੱਟਾਂ ਐਂਡ ਟਰੈਕਟਰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਧੰਨਵਾਦ ਵੀਰੇ। ਹਾਂਜੀ, ਸਵਾਗਤ ਹੈ ਵੀਰੇ ਜੱਟਾਂ ਐਂਡ ਟਰੈਕਟਰ ਚੈਨਲ ਵਿੱਚ। ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ, ਆ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ 98783 90942। ਜੇਕਰ ਤੁਸੀਂ ਖੇਤੀਬਾੜੀ ਦਾ ਕੋਈ ਵੀ ਸਾਨੂੰ ਸੇਲ ਕਰਨਾ ਹੁੰਦਾ, ਟਰੈਕਟਰ, ਟਰਾਲੀ, ਕਾਰ, ਜੀਪ, ਹਾਲ ਤਵੀਆਂ, ਕੋਈ ਵੀ ਮਸ਼ੀਨਰੀ, ਤਾਂ ਉਹਦੀਆਂ 4-5 ਫੋਟੋਆਂ ਅਤੇ ਲੋੜੀਂਦੀ ਜਾਣਕਾਰੀ ਸਾਨੂੰ ਸਾਡੇ ਹੈਲਪਲਾਈਨ ਨੰਬਰ 'ਤੇ ਭੇਜ ਕੇ ਆਪਣੀ ਐਡ ਸਾਡੇ ਯੂਟਿਊਬ ਚੈਨਲ 'ਤੇ ਕਰਵਾ ਸਕਦੇ ਹੋ। ਥੈਂਕ ਯੂ ਵੀਰੇ। ਇੱਕ ਜਿੰਨੇ ਵੀਰ ਐਡ ਕਰਵਾਉਣ ਲਈ ਕਿਸੇ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਆ, ਉਸ ਦਾ ਰੇਟ ਮਾਰਕੀਟ ਰੇਟ ਦੇ ਹਿਸਾਬ ਨਾਲ ਦੱਸਿਆ ਕਰਨ। ਜ਼ਿਆਦਾ ਰੇਟ ਦੱਸੇ ਦਾ ਕੋਈ ਫਾਇਦਾ ਨਹੀਂ, ਸਗੋਂ ਤੁਹਾਡੀ ਮਸ਼ੀਨਰੀ ਸੇਲ ਨਹੀਂ ਹੋ ਪਾਉਂਦੀ। ਕਈ ਕਈ ਮੇਰੇ ਵੀਰ 50-60 ਹਜ਼ਾਰ ਰੁਪਇਆ ਜ਼ਿਆਦਾ ਮੰਗ ਲੈਂਦੇ ਆ, ਫਿਰ ਉਹਨਾਂ ਦੀ ਚੀਜ਼ ਸੇਲ ਨਹੀਂ ਹੁੰਦੀ। ਜੇ ਸੇਲ ਹੁੰਦੀ ਵੀ ਹੈ, ਜਿਹੜਾ ਉਹ 50-60 ਹਜ਼ਾਰ ਜ਼ਿਆਦਾ ਮੰਗਿਆ ਹੁੰਦਾ ਉਹ ਘੱਟ ਕੇ ਹੁੰਦੀ ਹੈ। ਇਸ ਕਰਕੇ ਓਨਾ ਕੁ ਰੇਟ ਦੱਸਿਆ ਕਰੋ ਜਿੰਨੇ ਕੁ ਦੀ ਮਸ਼ੀਨਰੀ ਹੋਵੇ। ਜੇ ਕੋਈ ਰੇਟ ਜ਼ਿਆਦਾ ਦੱਸੂਗਾ ਉਹਦੀ ਐਡ ਆਪਾਂ ਆਪਣੇ ਚੈਨਲ 'ਤੇ ਨਹੀਂ ਕਰਨੀ। ਥੈਂਕ ਯੂ ਵੀਰੇ। ਅੱਜ ਆਪਣੇ ਕੋਲ ਸੇਲ ਵਿੱਚ 6 ਚੀਜ਼ਾਂ ਨੇ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ। ਮਹਿੰਦਰਾ 575 DI ਟਰੈਕਟਰ, ਮਹਿੰਦਰਾ 475 DI ਟਰੈਕਟਰ, ਵਿਸ਼ਾਲ 475 ਕੰਬਾਈਨ, ਜੌਂਡੀਅਰ 5310 ਟਰੈਕਟਰ, ਜੀਪ ਅਤੇ ਹੀਰੋ HF Deluxe ਮੋਟਰਸਾਈਕਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਮਹਿੰਦਰਾ 575 DI ਟਰੈਕਟਰ ਬਾਰੇ। ਇਹ ਟਰੈਕਟਰ 1994 ਮਾਡਲ ਹੈ। ਇਹ ਟਰੈਕਟਰ ਫਤਿਹਗੜ੍ਹ ਸਾਹਿਬ ਏਰੀਏ ਵਿੱਚ ਖੜ੍ਹਾ ਹੈ, ਪਿੰਡ ਰੁੜਕੀ। ਬਾਕੀ ਹਾਲ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਆਲ ਓਰਿਜਨਲ ਰੰਗ ਪੇਂਟ ਹੈ ਵੀਰੇ, ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਹੈ। ਇਕੱਲਾ ਬੈਂਟਰੀ ਬਾਕਸ ਤੋਂ ਥੋੜ੍ਹਾ ਰੰਗ ਪੇਂਟ ਲਿਆ ਹੋਇਆ ਹੈ, ਬਾਕੀ ਵੀਰੇ ਸਾਫ਼ ਰੰਗ ਪੇਂਟ ਪਿਆ। ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਆ, ਅਤੇ ਟਰੈਕਟਰ ਦੇ ਸਾਰੇ ਪਾਰਟਸ ਓਰਿਜਨਲ ਪਾਰਟਸ ਨੇ, ਕੋਈ ਵੀ ਪਾਰਟ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ। ਬਾਕੀ ਵੀਰੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਟਰੈਕਟਰ ਦੇ ਜੋ ਟਾਇਰ ਹੈ ਉਹ 50 ਪੈਸੇ ਨੇ, ਚਾਰੇ ਟਾਇਰਾਂ ਦੀ ਵੀਰੇ ਸੇਮ ਕੰਡੀਸ਼ਨ ਆ, ਬਿਲਕੁਲ ਬੇਦਾਗ ਪੱਕੇ ਟਾਇਰ ਹੈ, ਕੋਈ ਕੱਟ ਨਹੀਂ, ਅਤੇ ਅਗਲੇ ਟਾਇਰਾਂ 'ਤੇ ਮਗਰਾਟ ਚੜ੍ਹੇ ਹੋਏ ਹੈ, ਅਤੇ ਟਰੈਕਟਰ ਡਬਲ ਕਲੱਚ ਸਿੰਪਲ ਸਟੀਅਰਿੰਗ ਅਤੇ ਸੈਂਟਰ ਗੇਅਰ ਦੇ ਨਾਲ ਹੈ। ਬਾਕੀ ਵੀਰੇ ਇੰਜਣ ਗੇਅਰ ਪੰਪ ਦਾ ਟਰੈਕਟਰ ਫੁੱਲ ਓਕੇ ਹੈ, ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਹੈ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਖੜ੍ਹਾ ਹੈ, ਵਧੀਆ ਚੱਲਦਾ। ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਅਤੇ ਮਾਲਕ ਵੀਰ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ, ਉਹ ਰੱਖੀ ਹੈ 1,50,000 ਰੁਪਏ। ਬਾਕੀ ਵੀਰੇ ਹਲਕਾ ਫੁਲਕਾ ਮੌਕੇ 'ਤੇ ਲੈਸ ਵੀ ਹੋ ਸਕਦਾ, ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ। 84-377-78-961 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਟਰੈਕਟਰ ਵੀਰ ਤੋਂ ਖਰੀਦ ਸਕਦਾ, ਅਤੇ ਮਾਲਕ ਵੀਰਾਂ ਦਾ ਜੋ ਏਰੀਆ ਕੋਈ ਵੀ ਡਾਕੂਮੈਂਟ ਕਿਸੇ ਮੇਰੇ ਵੀਰ ਨੂੰ ਦਿੱਕਤ ਨਾ ਸਕੇ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਜੌਂਡੀਅਰ 5310 LT ਮਾਡਲ ਟਰੈਕਟਰ ਬਾਰੇ। ਇਹ ਟਰੈਕਟਰ 2005 ਮਾਡਲ ਹੈ, ਅਤੇ ਟਰੈਕਟਰ ਬਰਨਾਲਾ ਏਰੀਆ ਵਿਖੇ ਖੜ੍ਹਾ ਹੈ, ਪਿੰਡ ਨੰਗਲ। ਬਾਕੀ ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ, ਹਾਲ ਤੁਸੀਂ ਦੇਖ ਸਕਦੇ ਹੋ। ਆਲ ਓਰਿਜਨਲ ਰੰਗ ਪੇਂਟ ਹੈ, ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਪੇਂਟ ਹੈ। ਟਰੈਕਟਰ ਨੂੰ ਕਿਤੋਂ ਵੀ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ, ਕਿਤੋਂ ਵੀ ਰੰਗ ਪੇਂਟ ਲਿਖਾ ਨਹੀਂ ਹੋਇਆ। ਬਾਕੀ ਤੁਸੀਂ ਖੁਦ ਵੀ ਦੇਖ ਸਕਦੇ ਹੋ, ਕੋਈ ਡੈਮੇਜ ਨਹੀਂ, ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਆ। ਟਰੈਕਟਰ ਦੇ ਸਾਰੇ ਪਾਰਟਸ ਓਰਿਜਨਲ ਪਾਰਟਸ ਨੇ, ਕੋਈ ਵੀ ਪਾਰਟ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ, ਆਲ ਓਰਿਜਨਲ ਟਰੈਕਟਰ ਹੈ ਵੀਰੇ। ਬਾਕੀ ਬਾਡੀ ਚਾਸੀ ਲਿੰਕਾਂ ਦਾ ਪੇਂਟ ਤੁਸੀਂ ਦੇਖ ਸਕਦੇ ਹੋ, ਆਲ ਓਰਿਜਨਲ ਪੇਂਟ ਹੈ, ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਖੜ੍ਹਾ ਹੈ, ਅਤੇ ਟਰੈਕਟਰ ਦੇ ਜੋ ਟਾਇਰ ਹੈ ਉਹ 85 ਪੈਸੇ ਨੇ, ਚਾਰੇ ਟਾਇਰਾਂ ਦੀ ਸੇਮ ਕੰਡੀਸ਼ਨ ਆ, ਇਕਦਮ ਪੱਕੇ ਟਾਇਰ ਹੈ, ਬਿਲਕੁਲ ਬੇਦਾਗ, ਕੋਈ ਕੱਟ ਵਗੈਰਾ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ। ਖਰੀਦਣ ਤੋਂ ਬਾਅਦ ਉੱਤੇ ਪੰਜੀ ਨਹੀਂ ਭਾਲਦਾ, ਅਤੇ ਟਰੈਕਟਰ ਸਾਈਡ ਗੇਅਰ, ਡਬਲ ਕਲੱਚ, ਪਾਵਰ ਸਟੀਅਰਿੰਗ ਅਤੇ ਪਾਵਰ ਬ੍ਰੇਕ ਦੇ ਨਾਲ ਹੈ, ਇਕਦਮ ਸਿੱਕੇਵਾਨ ਟਰੈਕਟਰ ਹੈ, ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਖੜ੍ਹਾ ਹੈ। ਇੰਜਣ ਗੇਅਰ ਪੰਪ ਦਾ ਟਰੈਕਟਰ ਫੁੱਲ ਓਕੇ ਹੈ, ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਹੈ।
ਇਕਦਮ ਵਧੀਆ ਚੱਲਦਾ ਵੀਰੇ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ, ਕੋਈ ਬਲੋ ਨਹੀਂ ਮਾਰਦਾ। ਟਰੈਕਟਰ ਲੈਣ ਸਮੇਂ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਅਤ੏ ਮਾਲਕ ਵੀ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 3,65,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ, ਅਤੇ ਨੰਬਰ ਮਾਲਕ ਵੀ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 9914-53-130। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ, ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਭੂਮੀ ਪੁੱਤਰਾ ਮਹਿੰਦਰਾ 475 DA ਟਰੈਕਟਰ ਬਾਰੇ। ਇਹ ਟਰੈਕਟਰ 2001 ਮਾਡਲ ਹੈ ਅਤੇ ਟਰੈਕਟਰ ਸੰਗਰੂਰ ਏਰੀਏ ਵਿਖੇ ਖੜ੍ਹਾ ਹੈ। ਦੂਜੇ ਨਾਂ ਹੈ ਵੀਰੇ, ਬਾਕੀ ਹਾਲ ਤੁਸੀਂ ਦੇਖ ਸਕਦੇ ਹੋ, ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ। ਬਾਡੀ ਤੋਂ ਕਿਤੋਂ ਵੀ ਰੰਗ ਪੇਂਟ ਲਿਆ ਨਹੀਂ ਹੋਇਆ, ਕਿਤੋਂ ਖਰਾਬ ਨਹੀਂ ਹੋਇਆ, ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਰੰਗ ਪੇਂਟ ਹੈ, ਕਿਤੋਂ ਕੋਈ ਡੈਮੇਜ ਨਹੀਂ। ਬਾਡੀ 'ਚ ਅਸੀਂ ਲਿੰਕਾਂ ਦਾ ਪੇਂਟ ਤੁਸੀਂ ਦੇਖ ਸਕਦੇ ਹੋ। ਆਲ ਓਰੀਜਨਲ ਟਰੈਕਟਰ ਹੈ ਵੀਰੇ, ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਖੜ੍ਹਾ ਹੈ। ਟਰੈਕਟਰ ਦੇ ਸਾਰੇ ਪਾਰਟਸ ਜੈਨੂਅਨ ਪਾਰਟਸ ਨੇ, ਕੋਈ ਵੀ ਪਾਰਟ ਟਰੈਕਟਰ ਦਾ ਚੇਂਜ ਨਹੀਂ ਕੀਤਾ ਗਿਆ। ਬਾਕੀ ਟਾਇਰਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ, ਟਰੈਕਟਰ ਦੇ 4 ਟਾਇਰ ਬਿਲਕੁਲ ਨਵੇਂ ਨੇ। ਬਾਕੀ ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ, ਇਕਦਮ ਪੱਕੇ ਟਾਇਰ ਹੈ, ਬਿਲਕੁਲ ਬੇਦਾਗ। ਇਹ ਟਰੈਕਟਰ ਡਬਲ ਕਲੱਚ, ਸਿੰਪਲ ਸਟੀਅਰਿੰਗ ਅਤੇ ਸੈਂਟਰ ਗੇਅਰ ਦੇ ਨਾਲ ਹੈ। ਬਹੁਤ ਹੀ ਸਾਫ਼ ਟਰੈਕਟਰ ਹੈ ਵੀਰੇ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜ੍ਹਾ ਹੈ। ਇੰਜਨ ਗੇਅਰ ਪੰਪ ਦਾ ਟਰੈਕਟਰ ਫੁੱਲ ਓਕੇ ਹੈ, ਮਾਲਕ ਵੀਰ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਰੰਟੀ ਹੈ, ਕੋਈ ਬਲੋ ਨਹੀਂ ਮਾਰਦਾ, ਕੋਈ ਕਮੀ ਪੇਸ਼ੀ ਨਹੀਂ, ਕੋਈ ਡੈਮੇਜ ਨਹੀਂ। ਟਰੈਕਟਰ ਲੈਣ ਸਮੇਂ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਅਤੇ ਮਾਲਕ ਵੀਰ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 2,50,000 ਰੁਪਏ। ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 86,996-76,381। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਵਿਸ਼ਾਲ 435 ਕੰਬਾਈਨ ਬਾਰੇ। ਇਹ ਕੰਬਾਈਨ 2016 ਮਾਡਲ ਹੈ ਅਤੇ ਸਮਾਣਾ ਏਰੀਏ ਵਿਖੇ ਖੜ੍ਹੀ ਹੈ, ਪਿੰਡ ਕਕਰਾਲਾ ਭਾਈਕਾ। ਬਾਕੀ ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ, ਹਾਲ ਤੁਸੀਂ ਦੇਖ ਸਕਦੇ ਹੋ। ਆਲ ਓਰੀਜਨਲ ਰੰਗ ਪੇਂਟ ਹੈ ਵੀਰੇ, ਜੋ ਰੰਗ ਪੇਂਟ ਏਜੰਸੀ ਵੱਲੋਂ ਆਇਆ ਸੀ ਉਹੀ ਹੈ। ਕੰਬਾਈਨ ਨੂੰ ਕਿਤੋਂ ਵੀ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ, ਕਿਤੋਂ ਵੀ ਰੰਗ ਪੇਂਟ ਖਰਾਬ ਨਹੀਂ ਹੋਇਆ, ਬਹੁਤ ਹੀ ਸਾਫ਼ ਰੰਗ ਪੇਂਟ ਹੈ, ਇਕਦਮ ਸ਼ਾਈਨਿੰਗ ਦੇ ਵਿੱਚ ਹੈ। ਅਤੇ ਕੰਬਾਈਨ ਦੇ ਸਾਰੇ ਪਾਰਟਸ ਓਰੀਜਨਲ ਪਾਰਟਸ ਨੇ, ਕੋਈ ਵੀ ਪਾਰਟ ਕੰਬਾਈਨ ਦਾ ਚੇਂਜ ਨਹੀਂ ਕੀਤਾ ਗਿਆ, ਆਲ ਓਰੀਜਨਲ ਕੰਬਾਈਨ ਹੈ ਵੀਰੇ। ਆਈ ਨੂੰ ਹਜੇ ਪੂਰੇ 3 ਸਾਲ ਵੀ, ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਕੰਬਾਈਨ ਹੈ। ਅਤੇ ਕੰਬਾਈਨ ਦੇ ਜੋ ਟਾਇਰ ਹੈ, ਪਿਛਲੇ ਟਾਇਰ ਛੋਟੇ 90 ਪੈਸੇ ਨੇ ਅਤੇ ਅਗਲੇ ਟਾਇਰ ਵੱਡੇ 85 ਪੈਸੇ ਨੇ, ਅਤੇ ਕਟਰ ਦੇ ਜੋ ਟਾਇਰ ਹੈ ਉਹ 95 ਪੈਸੇ ਨੇ। ਸਾਰੇ ਟਾਇਰ ਵੀਰੇ ਵਧੀਆ ਕੰਡੀਸ਼ਨ 'ਚ ਹੈ, ਨਾਲ ਦੇ ਟਾਇਰ ਨੇ ਬਿਲਕੁਲ ਨਵੀਂ ਹਾਲਤ 'ਚ ਹੈ, ਕੋਈ ਕੱਟ ਨਹੀਂ, ਬਿਲਕੁਲ ਸਾਫ਼ ਟਾਇਰ ਨੇ। ਲੋਕਲ ਚੱਲੀ ਹੋਈ ਕੰਬਾਈਨ ਹੈ ਵੀਰੇ, ਇਕਦਮ ਪੇਟੀ ਬੰਦ ਇੰਜਣ ਹੈ, ਮਾਲਕ ਵੀਰ ਵੱਲੋਂ ਪੂਰੀ ਫੁੱਲ ਗਰੰਟੀ ਹੈ। ਕੰਬਾਈਨ ਲੈਣ ਸਮੇਂ ਤੁਸੀਂ ਕੰਬਾਈਨ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ, ਇਕਦਮ ਨਵੀਂ ਕੰਬਾਈਨ ਹੈ। ਅਤੇ ਮਾਲਕ ਵੀਰ ਨੇ ਕੰਬਾਈਨ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 14,80,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ, ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋ ਹੋ ਰਿਹਾ, 85,910-06-84। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਕੰਬਾਈਨ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ, ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਇਹ ਕੰਬਾਈਨ ਵੀਰ ਤੋਂ ਖਰੀਦ ਸਕਦਾ ਹੈ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਹੀਰੋ HF Deluxe ਮੋਟਰਸਾਈਕਲ ਬਾਰੇ। ਇਹ ਮੋਟਰਸਾਈਕਲ 2014 ਮਾਡਲ ਹੈ ਅਤੇ ਬਰਗਾੜੀ ਵਿਖੇ ਖੜ੍ਹਾ ਹੈ, ਜੋ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਪੈ ਜਾਂਦਾ ਹੈ। ਬਾਕੀ ਫੋਟੋਆਂ ਸਕਰੀਨ 'ਤੇ ਸ਼ੋ ਹੋ ਰਹੀਆਂ ਨੇ, ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਆਲ ਓਰੀਜਨਲ ਰੰਗ ਪੇਂਟ ਹੈ ਵੀਰੇ, ਜੋ ਏਜੰਸੀ ਵੱਲੋਂ ਆਇਆ ਸੀ ਮੋਟਰਸਾਈਕਲ ਨੂੰ, ਕਿਤੋਂ ਵੀ ਦੁਬਾਰਾ ਰੰਗ ਪੇਂਟ ਨਹੀਂ ਕੀਤਾ ਗਿਆ, ਕਿਤੋਂ ਵੀ ਰੰਗ ਪੇਂਟ ਲਿਆ ਨਹੀਂ ਹੋਇਆ, ਕਿਤੋਂ ਖਰਾਬ ਨਹੀਂ ਹੋਇਆ, ਕੋਈ ਡੈਮੇਜ ਨਹੀਂ ਵੀਰੇ, ਕੋਈ ਐਕਸੀਡੈਂਟ ਨਹੀਂ, ਇਕਦਮ ਵਧੀਆ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੈ।
ਪੰਜਾਬ ਨੰਬਰ ਮੋਟਰਸਾਈਕਲ ਹੈ ਵੀਰੇ, ਅਤੇ ਮੋਟਰਸਾਈਕਲ ਦੇ ਸਾਰੇ ਪਾਰਟਸ ਓਰੀਜਨਲ ਪਾਰਟਸ ਨੇ, ਕੋਈ ਵੀ ਪਾਰਟ ਮੋਟਰਸਾਈਕਲ ਦਾ ਚੇਂਜ ਨਹੀਂ ਕੀਤਾ ਗਿਆ। ਅਤੇ ਮੋਟਰਸਾਈਕਲ ਦੇ ਉਹ ਟਾਇਰ ਹੈ, ਪਹਿਲਾ ਟਾਇਰ 50 ਪੈਸੇ ਹੈ ਅਤੇ ਅਗਲਾ ਟਾਇਰ ਵੀਰੇ ਠੀਕ ਜਿਹੀ ਹਾਲਤ 'ਚ ਹੀ ਹੈ, ਜੋ ਕਿ ਦੁਬਾਰਾ ਭਾਲਦਾ। ਬਾਕੀ ਵੀਰੇ ਮਾਲਕ ਵੀਰ ਨੇ ਸਰਵਿਸ ਵਗੈਰਾ ਕਰਵਾਈ ਹੋਈ ਹੈ, ਇੱਕਦਮ ਵਧੀਆ ਕੰਡੀਸ਼ਨ ਵਿੱਚ ਮੋਟਰਸਾਈਕਲ ਚੱਲਦਾ, ਕੋਈ ਪ੍ਰੋਬਲਮ ਨਹੀਂ, ਕੋਈ ਕਮੀ ਪੇਸ਼ੀ ਨਹੀਂ। ਮਾਲਕ ਵੀਰ ਵੱਲੋਂ ਪੂਰੀ ਫੁੱਲ ਗਰੰਟੀ ਹੈ। ਮੋਟਰਸਾਈਕਲ ਲੈਣ ਸਮੇਂ ਤੁਸੀਂ ਮੋਟਰਸਾਈਕਲ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ। ਬਾਕੀ ਵੀਰੇ ਸੀਟ ਕਵਰ ਦੀਆਂ ਫੋਟੋਆਂ ਸਕਰੀਨ 'ਤੇ ਸ਼ੋਅ ਹੋ ਰਹੀਆਂ ਨੇ, ਇੱਕਦਮ ਸਾਫ਼ ਸੀਟ ਕਵਰ ਹੈ, ਕਿਤੋਂ ਫਟਿਆ ਵਗੈਰਾ ਨਹੀਂ, ਇੱਕਦਮ ਵਧੀਆ ਹਾਲ ਦੇ ਵਿੱਚ ਹੈ। ਅਤੇ ਮਾਲਕ ਵੀਰ ਨੇ ਮੋਟਰਸਾਈਕਲ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 28,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋਜੂਗਾ। ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋਅ ਹੋ ਰਿਹਾ, 84375-98976। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਅਤੇ ਵਟਸਐਪ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰੇ ਮੋਟਰਸਾਈਕਲ ਵੀਰ ਤੋਂ ਖਰੀਦਣਾ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ, ਜਾਂ ਵਟਸਐਪ 'ਤੇ ਵੀ ਗੱਲਬਾਤ ਕਰਕੇ ਇਹ ਮੋਟਰਸਾਈਕਲ ਵੀਰ ਤੋਂ ਖਰੀਦ ਸਕਦਾ ਹੈ। ਥੈਂਕ ਯੂ ਵੀਰੇ। ਹੁਣ ਗੱਲ ਕਰਦੇ ਹਾਂ ਜੀ ਜੀਪ ਬਾਰੇ। ਟੋਟਾ ਦਾ ਇੰਜਣ ਹੈ ਵੀਰੇ, ਅਤੇ ਇਹ ਜੀਪ 1987 ਮਾਡਲ ਹੈ ਅਤੇ ਪਿੰਡ ਡਿੱਖ ਵਿਖੇ ਖੜ੍ਹੀ ਹੈ, ਜੋ ਕਿ ਬਠਿੰਡੇ ਜ਼ਿਲ੍ਹੇ ਵਿੱਚ ਪੈ ਜਾਂਦਾ ਹੈ, ਨੀਅਰ ਰਾਮਪੁਰਾ ਪੂਲ। ਬਾਕੀ ਫੋਟੋਆਂ ਸਕਰੀਨ 'ਤੇ ਸ਼ੋਅ ਹੋ ਰਹੀਆਂ ਨੇ, ਹਾਲ ਤੁਸੀਂ ਦੇਖ ਸਕਦੇ ਹੋ। ਜੀਪ ਨੂੰ ਵੀਰੇ ਦੁਬਾਰਾ ਰੰਗ ਪੇਂਟ ਕੀਤਾ ਗਿਆ, ਬਾਕੀ ਇੱਕਦਮ ਸਾਫ਼ ਹਾਲ ਦੇ ਵਿੱਚ ਰੰਗ ਪੇਂਟ ਹੈ, ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਜੀਪ ਖੜ੍ਹੀ ਹੈ। ਅਤੇ ਮਾਲਕ ਵੀਰ ਨੇ ਸ਼ੀਸ਼ਿਆਂ ਕੋਲ ਅਲੱਗ ਤੋਂ ਲਾਈਟਾਂ ਲਵਾਈਆਂ ਹੋਈਆਂ, ਫੋਟੋਆਂ ਸਕਰੀਨ 'ਤੇ ਸ਼ੋਅ ਹੋ ਰਹੀਆਂ ਨੇ। ਅਤੇ ਬਾਕੀ ਵੀਰੇ ਇਹ ਗੱਡੀ ਹਰਿਆਣਾ ਨੰਬਰ ਹੈ ਅਤੇ ਗੱਡੀ ਦੇ ਜੋ ਟਾਇਰ ਹੈ ਉਹ 30 ਪੈਸੇ ਨੇ, ਸਾਰੇ ਟਾਇਰਾਂ ਦੀ ਵੀਰੇ ਸੇਮ ਕੰਡੀਸ਼ਨ ਆ, ਫੋਟੋਆਂ ਸਕਰੀਨ 'ਤੇ ਸ਼ੋਅ ਹੋ ਰਹੀਆਂ ਨੇ, ਤੁਸੀਂ ਦੇਖ ਸਕਦੇ ਹੋ। ਅਤੇ ਬਾਕੀ ਵੀਰੇ ਤੁਸੀਂ ਸੀਟ ਕਵਰ ਦੀ ਹਾਲ ਦੇਖ ਸਕਦੇ ਹੋ, ਇੱਕਦਮ ਵਧੀਆ ਹਾਲ ਦੇ ਵਿੱਚ ਸੀਟ ਕਵਰ ਨੇ, ਕਿਤੋਂ ਫਟੇ ਵਗੈਰਾ ਨਹੀਂ, ਇੱਕਦਮ ਨਵੇਂ ਸੀਟ ਕਵਰ 'ਚ ਹੈ। ਬਾਕੀ ਮਾਲਕ ਵੀਰ ਵੱਲੋਂ ਗੱਡੀ ਦੀ ਪੂਰੀ ਫੁੱਲ ਗਰੰਟੀ ਹੈ। ਗੱਡੀ ਲੈਣ ਸਮੇਂ ਤੁਸੀਂ ਗੱਡੀ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਖਰੀਦ ਸਕਦੇ ਹੋ। ਅਤੇ ਮਾਲਕ ਵੀਰ ਨੇ ਗੱਡੀ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 65,000 ਰੁਪਏ। ਬਾਕੀ ਮੌਕੇ 'ਤੇ ਲੈਸ ਵੀ ਹੋਜੂਗਾ। ਅਤੇ ਨੰਬਰ ਮਾਲਕ ਵੀਰ ਦਾ ਸਕਰੀਨ 'ਤੇ ਸ਼ੋਅ ਹੋ ਰਿਹਾ, 99-153-86-678। ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰ ਇਹ ਗੱਡੀ ਵੀਰ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਗੱਡੀ ਵੀਰ ਤੋਂ ਖਰੀਦ ਸਕਦਾ ਹੈ। ਥੈਂਕ ਯੂ ਵੀਰੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਹੋਰ ਵੀਰ ਵੀ ਆਪਣੀ ਵੀਡੀਓ ਨੂੰ ਦੇਖ ਸਕਣ, ਜਿਨ੍ਹਾਂ ਨੂੰ ਕੋਈ ਵੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਕੋਈ ਦਿੱਕਤ ਨਾ ਆ ਸਕੇ। ਅਤੇ ਬਾਕੀ ਵੀਰੇ ਇਹ ਐਡ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ, ਕੋਈ ਕਮਿਸ਼ਨ ਨਹੀਂ ਆਪਣਾ। ਜੇ ਕੋਈ ਮੇਰਾ ਵੀਰ ਆਪਣੀ ਐਡ ਸਾਡੇ ਯੂਟਿਊਬ ਚੈਨਲ 'ਤੇ ਕਰਵਾਉਣੀ ਚਾਹੁੰਦਾ ਤਾਂ ਉਹ ਸਾਨੂੰ ਸਾਡੇ ਹੈਲਪਲਾਈਨ ਨੰਬਰ 'ਤੇ 5-6 ਫੋਟੋਆਂ ਅਤੇ ਲੋੜੀਂਦੀ ਜਾਣਕਾਰੀ ਭੇਜ ਕੇ ਆਪਣੀ ਐਡ ਸਾਡੇ ਯੂਟਿਊਬ ਚੈਨਲ 'ਤੇ ਕਰਵਾ ਸਕਦਾ। ਹੈਲਪਲਾਈਨ ਨੰਬਰ ਸਟਾਰਟਿੰਗ 'ਚ ਦਿੱਤਾ ਹੋਇਆ, ਉਹ ਨੰਬਰ 'ਤੇ ਭੇਜ ਕੇ ਤੁਸੀਂ ਆਪਣੀ ਐਡ ਸਾਡੇ ਯੂਟਿਊਬ ਚੈਨਲ 'ਤੇ ਕਰਵਾ ਸਕਦੇ ਹੋ। ਅਤੇ ਇੱਕ ਵੀਰੇ ਜਿੰਨੇ ਵੀਰ ਐਡ ਕਰਵਾਉਣ ਲਈ ਫੋਟੋਆਂ ਸੈਂਡ ਕਰਦੇ ਆ ਉਹਦੀ ਸਾਰੀ ਡਿਟੇਲ ਸੈਂਡ ਕਰਿਆ ਕਰਨ, ਜਿਵੇਂ ਰੇਟ, ਏਰੀਆ, ਮਾਡਲ ਅਤੇ ਟਾਇਰ ਕਿੰਨੇ ਪੈਸੇ ਹੁੰਦੇ ਆ। ਜਦੋਂ ਵੀਰੇ ਸਾਡੇ ਕੋਲ ਸਾਰੀ ਡਿਟੇਲ ਨਹੀਂ ਹੁੰਦੀ ਤਾਂ ਤੁਹਾਡੀ ਐਡ ਲੇਟ ਹੋ ਜਾਂਦੀ ਹੈ, ਇਸ ਕਰਕੇ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲਦ ਤੋਂ ਜਲਦ ਲਾ ਸਕੀਏ ਅਤੇ ਤੁਹਾਡੀ ਮਸ਼ੀਨਰੀ ਜਲਦ ਤੋਂ ਜਲਦ ਸੇਲ ਹੋ ਸਕੇ। ਥੈਂਕ ਯੂ ਵੀਰੇ। ਅਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਟਰੈਕਟਰ ਦੇ ਨਾਲ। ਜਿਨ੍ਹਾਂ ਵੀਰਾਂ ਨੇ ਆਪਣਾ ਚੈਨਲ ਜੱਟਾਂ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰੇ ਸਬਸਕ੍ਰਾਈਬ ਕਰ ਲੈਣ। ਆਪਾਂ ਡੇਲੀ 5-6 ਖੇਤੀਬਾੜੀ ਪਕਾਊ ਸੰਦਾਂ ਦੀ ਇੱਕ ਵੀਡੀਓ ਲੈ ਕੇ ਆਉਂਦੇ ਹਾਂ, ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਦੇਖ ਸਕੋ ਅਤੇ ਮਿਸ ਨਾ ਕਰ ਸਕੋ, ਅਤੇ ਤੁਹਾਨੂੰ ਕੋਈ ਵੀ ਖੇਤੀਬਾੜੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਕੋਈ ਦਿੱਕਤ ਨਾ ਆ ਸਕੇ। ਧੰਨਵਾਦ ਵੀਰੇ, ਅਤੇ ਜੁੜੇ ਰਹੋ ਆਪਣੇ ਜੱਟਾਂ ਟਰੈਕਟਰ ਦੇ ਨਾਲ।